ਰਵਿੰਦਰ ਜੀ, ਕਿਹੜੀ ਨੌਕਰੀ ਮਿਲੀ ਹੈ ਸਰਕਾਰ ਦੀ? ਸਾਨੂੰ ਖੇਤੀਬਾੜੀ ਮਹਿਕਮੇ 'ਚ ਨੌਕਰੀ ਮਿਲੀ ਹੈ ਜੀ। ਬਾਪੂ ਜੀ ਕਦੋਂ ਸ਼ਹੀਦ ਹੋ ਗਏ ਸੀ ਇਹਦੇ ਬਾਰੇ? ਇਹ 26 ਦਾ 2021 ਨੂੰ ਸ਼ਹੀਦ ਹੋਏ ਸੀ ਕਿਸਾਨੀ ਅੰਦੋਲਨ ਦੌਰਾਨ। ਉਹ ਜਦੋਂ ਦਾ ਅੰਦੋਲਨ ਚੱਲਿਆ ਅੰਦੋਲਨ 'ਚ ਰਹੇ ਨੇ ਜੀ। ਤਾਂ ਜਿਵੇਂ ਕਹਿੰਦੇ ਹੁੰਦੇ ਸੀ ਕਿ ਆਮ ਘਰਾਂਦਿਆਂ ਨੂੰ ਤਾਂ ਨੌਕਰੀਆਂ ਨਹੀਂ ਮਿਲਦੀਆਂ, ਤਾਂ ਹੁਣ ਲੱਗਦਾ ਕਿ ਤੁਹਾਡੇ ਸਾਹਮਣੇ ਹੀ ਹੁਣ ਮਿਲ ਹੀ ਰਹੀਆਂ ਨੇ, ਤੁਸੀਂ ਦੇਖ ਹੀ ਰਹੇ ਹੋ ਜੀ। ਬਹੁਤ ਵਧੀਆ ਸਰਕਾਰ ਦਾ ਉਪਰਾਲਾ ਹੈ ਜੀ। ਮਤਲਬ ਗਰੀਬ ਪਰਿਵਾਰ ਨੂੰ ਨੌਕਰੀ ਦੇ ਰਹੀ, ਅੱਗੇ ਤਾਂ ਪੈਸੇ ਵਾਲੇ ਰਹੇ ਨੇ, ਗਰੀਬ ਪਰਿਵਾਰ ਵਿਚਾਰੇ ਰਹਿ ਜਾਂਦੇ ਇਹ। ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜੀ। ਖੇਤੀਬਾੜੀ ਅਦਾਰੇ ਦੇ ਵਿੱਚ ਨੌਕਰੀ ਮਿਲੀ ਹੈ ਨਾ ਜੀ, ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ, ਉਹਨਾਂ ਨੇ ਸਾਡੇ ਨਾਲ ਬਹੁਤ ਕੋਆਪਰੇਟ ਕੀਤਾ, ਬਹੁਤ ਸੁਲਝੇ ਢੰਗ ਨਾਲ ਸਾਨੂੰ ਸਾਰਾ ਕੁਝ ਦੱਸਿਆ ਅਤੇ ਇਹਨਾਂ ਦੀ ਜੁਆਇਨਿੰਗ ਕਰਾਈ। ਨਰਿੰਦਰ ਕੌਰ ਭਰਾ ਜੀ MLA ਹਲਕਾ ਸੰਗਰੂਰ ਦਾ, ਉਹਨਾਂ ਦਾ ਵੀ ਕਾਫੀ ਸਹਿਯੋਗ ਰਿਹਾ। ਮੇਰੇ ਪਿਤਾ ਸਰਦਾਰ ਸਰਦੂਰ ਸਿੰਘ, ਪੁੱਤਰ ਵਿਰਸਾ ਸਿੰਘ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋ ਗਏ ਸੀ। ਅੱਜ ਸਾਨੂੰ ਪੰਜਾਬ ਸਰਕਾਰ ਨੇ ਨਿਯੁਕਤੀ ਪੱਤਰ ਦਿੱਤੇ ਹਨ। ਅਸੀਂ ਪੰਜਾਬ ਸਰਕਾਰ ਦਾ, ਹਲਕਾ ਭੈਣ ਨਰਿੰਦਰ ਕੌਰ ਭਰਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਬਾਂਹ ਫੜੀ ਹੈ। ਸਕਰੋਲ ਪੰਜਾਬ 'ਤੇ ਤੁਹਾਡਾ ਸਵਾਗਤ ਹੈ ਅਤੇ ਮੈਂ ਰਿਸ਼ਪਿੰਦਰ ਸਿੰਘ। ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਲੋਕਾਂ ਨੂੰ ਰੁਜ਼ਗਾਰ ਤਾਂ ਦਿੱਤਾ ਜਾ ਰਿਹਾ, ਪਰ ਉਸ ਦੇ ਚੱਲਦਿਆਂ ਅੱਜ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ ਰੁਜ਼ਗਾਰ ਦਿੱਤਾ, ਇੱਕ ਜ਼ਿੰਦਗੀ ਦੀ ਨਵੀਂ ਆਸ ਦੀ ਸ਼ੁਰੂਆਤ ਦਿੱਤੀ ਹੈ। ਤਾਂ ਮੇਰੇ ਨਾਲ ਦਵਿੰਦਰ ਸਿੰਘ ਜੀ ਮੌਜੂਦ ਨੇ। ਦਵਿੰਦਰ ਜੀ, ਕਿਹੜੀ ਨੌਕਰੀ ਮਿਲੀ ਹੈ ਸਰਕਾਰ ਦੀ? ਸਾਨੂੰ ਖੇਤੀਬਾੜੀ ਮਹਿਕਮੇ 'ਚ ਨੌਕਰੀ ਮਿਲੀ ਜੀ। ਕਿੰਨੇ ਸਾਲ ਹੋ ਗਏ ਇਸ ਸਰਕਾਰ ਤੋਂ ਆਸ ਕਰਦੇ ਨੂੰ? ਹੋ ਗਏ ਦੋ, ਜਦੋਂ ਦੀ ਸਰਕਾਰ ਬਣੀ ਉਦੋਂ ਤੋਂ ਆਸ ਹੀ ਰੱਖੀ ਬੈਠੇ ਸੀ ਜੀ ਨੌਕਰੀਆਂ ਮਿਲਣਗੀਆਂ ਜੀ। ਹਾਂਜੀ। ਤਾਂ ਬਾਪੂ ਜੀ ਕਦੋਂ ਸ਼ਹੀਦ ਹੋ ਗਏ ਸੀ ਇਹਦੇ ਬਾਰੇ ਵੀ ਥੋੜ੍ਹਾ? ਇਹ 26 ਦਾ 2021 ਨੂੰ ਸ਼ਹੀਦ ਹੋਏ ਸੀ ਕਿਸਾਨੀ ਅੰਦੋਲਨ ਦੌਰਾਨ। ਉਹ ਜਦੋਂ ਦਾ ਅੰਦੋਲਨ ਚੱਲਿਆ ਅੰਦੋਲਨ 'ਚ ਹੀ ਰਹੇ ਨੇ ਜੀ। ਹਾਂਜੀ। ਤਾਂ ਪੂਰੀ ਉੱਥੇ ਵੀ ਕਿਸਾਨੀ ਦੇ ਲਈ? ਹਾਂਜੀ ਹਾਂਜੀ। ਤਾਂ ਹੁਣ ਕਿੰਨੇ ਸਮਾਂ ਪਰਿਵਾਰ ਦੀ ਗੱਲ ਕੀਤੀ ਜਾਏ, ਪਰਿਵਾਰ 'ਚ ਕੌਣ ਕੌਣ ਹੈ ਅਤੇ ਕਿਵੇਂ ਕੰਮ ਕਰ ਕੀ ਸੀ? ਪਰਿਵਾਰ 'ਚ ਅਸੀਂ ਦੋ ਭਾਈ ਹਾਂ ਜੀ, ਆਪਣੇ ਮਾਂ ਦਾ ਇਕੱਠੀ ਜੁਆਇੰਟ ਫੈਮਿਲੀ ਹੈ ਜੀ ਆਪਣੀ। ਹਾਂਜੀ। ਸਾਡੇ ਕੋਲ 2 ਏਕੜ ਜ਼ਮੀਨ ਹੈ ਦੋਨਾਂ ਭਾਈਆਂ ਕੋਲ ਜੀ। ਹਾਂਜੀ। ਗੁਜ਼ਾਰਾ ਤਾਂ ਫਿਰ ਤੁਹਾਨੂੰ ਪਤਾ 2 ਏਕੜ 'ਤੇ ਕਿੰਨਾ ਪੈਂਦਾ ਜੀ। ਤਾਂ ਅਸੀਂ ਕਹਿ ਸਕਦੇ ਹਾਂ ਬੜੀ ਮੁਸ਼ਕਲ ਨਾਲ ਜਿਹੜਾ ਗੁਜ਼ਾਰਾ ਚੱਲ ਰਿਹਾ। ਹਾਂਜੀ। ਤਾਂ ਹੁਣ ਕਿਵੇਂ ਦੇਖਦੇ ਸਰਕਾਰ? ਹੁਣ ਤਾਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ, ਪੰਜਾਬ ਸਰਕਾਰ ਦਾ, ਸਾਡੇ ਹਲਕੇ ਤੋਂ ਭੈਣ ਨਰਿੰਦਰ ਕੌਰ ਬਰਾਜ ਦਾ ਬਹੁਤ ਬਹੁਤ ਧੰਨਵਾਦ, MLA ਸਾਹਿਬ ਦਾ ਜਿਨ੍ਹਾਂ ਨੇ ਸਾਡੀ ਬਾਂਹ ਫੜੀ ਹੈ ਜੀ। ਤਾਂ ਅਸੀਂ ਵੀ ਸਰਕਾਰ ਨੌਕਰੀ ਦੇਊਗੀ ਕਿਉਂਕਿ ਰੁਜ਼ਗਾਰ ਲਗਾਤਾਰ ਸਰਕਾਰ ਦੇ ਰਹੀ ਹੈ, ਵੀ ਆਪਾਂ ਨੂੰ ਵੀ ਮੌਕਾ ਨਹੀਂ? ਪਹਿਲਾਂ ਦੇ ਵਿੱਚ ਹੀ ਆਸ ਖਤਮ ਹੋ ਗਈ ਸੀ ਜੀ, ਫਿਰ ਹੁਣ ਇਹਨਾਂ ਮੀਟਿੰਗ ਕਰੀ ਸੀ, ਸਾਨੂੰ ਦਿੱਤਾ ਸੀ ਤੁਹਾਨੂੰ ਅਸੀਂ ਨੌਕਰੀਆਂ ਦੇਵਾਂਗੇ ਜਲਦੀ ਤੋਂ ਜਲਦੀ, ਇਹਨਾਂ ਆਪਣਾ ਵਾਅਦਾ ਪੂਰਾ ਕਰੇ ਜੀ। ਤਾਂ ਜਿਵੇਂ ਕਹਿੰਦੇ ਹੁੰਦੇ ਸੀ ਕਿ ਆਮ ਘਰਾਂਦਿਆਂ ਨੂੰ ਤਾਂ ਨੌਕਰੀਆਂ ਨਹੀਂ ਮਿਲਦੀਆਂ, ਤਾਂ ਹੁਣ ਲੱਗਦਾ ਕਿ ਤੁਹਾਡੇ ਸਾਹਮਣੇ ਹੀ ਹੈ ਜੀ, ਹੁਣ ਵਿਹਲੀ ਰਹੀਆਂ ਨੇ, ਤੁਸੀਂ ਦੇਖ ਹੀ ਰਹੇ ਹੋ ਜੀ। ਹਾਂਜੀ। ਕਿਸ ਤਰੀਕੇ ਦੇਖਦੇ ਹੋ ਜਿਹੜਾ ਨੌਕਰੀ ਦਿੱਤੀ ਹੈ, ਪਰਿਵਾਰ ਕਿੱਦਾਂ? ਬਹੁਤ ਵਧੀਆ ਸਰਕਾਰ ਦਾ ਉਪਰਾਲਾ ਹੈ ਜੀ। ਮਤਲਬ ਗਰੀਬ ਪਰਿਵਾਰ ਨੂੰ ਨੌਕਰੀ ਦੇ ਰਹੀ, ਅੱਗੇ ਤਾਂ ਪੈਸੇ ਵਾਲੇ ਰਹੇ ਨੇ, ਗਰੀਬ ਪਰਿਵਾਰ ਵਿਚਾਰੇ ਰਹਿ ਜਾਂਦੇ ਇਹ। ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜੀ, ਬਹੁਤ ਧੰਨਵਾਦ ਸਰਕਾਰ। ਲੱਗਦਾ ਕਿਤੇ ਨਾ ਕਿਤੇ ਸਰਕਾਰ ਰੁਜ਼ਗਾਰ ਨਾਲ ਜੋੜ ਰਹੀ ਹੈ, ਪੈਸੇ ਨਾਲੋਂ ਜ਼ਿਆਦਾ ਰੁਜ਼ਗਾਰ ਮਿਲ ਰਿਹਾ। ਬਹੁਤ ਸੋਹਣੀ ਗੱਲ ਹੈ ਜੀ, ਸਰਕਾਰ ਦੀ ਸੋਚ ਵਧੀਆ ਵੈਸੇ, ਮਤਲਬ ਗਰੀਬ ਘਰਾਂ ਨੂੰ ਨੌਕਰੀਆਂ ਦੇ ਰਹੀ ਹੈ, ਬਹੁਤ ਚੰਗੀ ਗੱਲ ਹੈ ਜੀ, ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ। ਤਾਂ ਕਿਤੇ ਨਾ ਕਿਤੇ ਸਰਕਾਰ ਦੇ ਵੱਲੋਂ ਕੰਮ ਕਰ ਕੀਤੇ ਨੇ ਵੀਰੇ, ਕਿਸ ਤਰੀਕੇ ਦੇਖਦੇ ਹੋ ਭਾਈ ਨੂੰ ਨੌਕਰੀ ਦਿੱਤੀ? ਬਹੁਤ ਵਧੀਆ ਵੀਰੇ, ਪਹਿਲਾਂ ਨਾਲੋਂ ਅਫਸਰਸ਼ਾਹੀ ਦੇ ਵਿੱਚ ਵੀ ਕਾਫੀ ਫਰਕ ਮਿਲਿਆ। ਜਿਵੇਂ ਹੁਣ ਅਸੀਂ ਗੱਲ ਕਰੀਏ ਵੀ ਇਹਨਾਂ ਨੂੰ ਖੇਤੀਬਾੜੀ ਅਦਾਰੇ ਦੇ ਵਿੱਚ ਨੌਕਰੀ ਮਿਲੀ ਹੈ ਨਾ ਜੀ, ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ, ਉਹਨਾਂ ਨੇ ਸਾਡੇ ਨਾਲ ਬਹੁਤ ਕੋਆਪਰੇਟ ਕੀਤਾ, ਬਹੁਤ ਸੁਲਝੇ ਢੰਗ ਨਾਲ ਸਾਨੂੰ ਸਾਰਾ ਕੁਝ ਦੱਸਿਆ ਅਤੇ ਇਹਨਾਂ ਦੀ ਜੁਆਇਨਿੰਗ ਕਰਾਈ। ਬਾਕੀ ਤੁਹਾਨੂੰ ਪਤਾ ਹੈ ਵੀਰੇ, ਜਦੋਂ ਘਰ ਦਾ ਇੱਕ ਮੁਖੀ ਚਲਿਆ ਜਾਂਦਾ ਤਾਂ ਉਹਦੇ ਨਾਲ ਘਰ ਹਿੱਲ ਜਾਂਦਾ ਹੈਗਾ। ਘਰ ਦਾ ਕੋਈ ਵੀ ਜੀ ਚਲਿਆ ਜਾਵੇ, ਜਦੋਂ ਮੁਖੀ ਚਲਿਆ ਜਾਵੇ ਫਿਰ ਤਾਂ ਘਰ ਬਿਲਕੁਲ ਹੀ ਹਿੱਲ ਜਾਂਦਾ। ਕਿਸਾਨੀ ਅੰਦੋਲਨ ਦੇ ਨਾਲ ਮੇਰੇ ਮਾਮਾ ਜੀ ਦੀ ਡੈਥ ਹੋਈ, ਠੀਕ ਹੈ, ਉਸ ਤੋਂ ਬਾਅਦ ਜਿਹੜੇ ਕਿਸਾਨੀ ਅੰਦੋਲਨ ਦੀਆਂ ਕਮੇਟੀ, ਅਸੀਂ ਉਹਨਾਂ ਦੇ ਨਾਲ ਲੱਗ ਕੇ ਦਵਿੰਦਰ ਸਿੰਘ ਜੀ ਆਪਣੀ ਨੌਕਰੀ ਲਈ ਸੰਘਰਸ਼ ਕਰਦੇ ਰਹੇ ਸੀਗੇ, ਠੀਕ ਹੈ। ਜਿਵੇਂ ਜਿਵੇਂ ਤੁਹਾਨੂੰ ਪਤਾ ਵੀ ਉੱਥੋਂ ਸਿਸਟਮ ਦੇ ਹਿਸਾਬ ਨਾਲ ਚੱਲਦਾ ਸਾਰਾ ਕੁਛ, ਹੈ ਨਾ, ਉਵੇਂ ਨਰਿੰਦਰ ਕੌਰ ਭਰਾ ਜੀ MLA ਹਲਕਾ ਸੰਗਰੂਰ ਦਾ, ਉਹਨਾਂ ਦਾ ਵੀ ਕਾਫੀ ਸਹਿਯੋਗ ਰਿਹਾ, ਠੀਕ ਹੈ ਜੀ, ਅਤੇ ਉਹਨਾਂ ਨੇ ਨੌਕਰੀ ਤੱਕ ਅੱਜ ਉਹ ਕੀਤਾ ਜੀ।
ਅਤੇ ਅੱਜ ਉਹਨਾਂ ਦੀ ਜੁਆਇਨਿੰਗ ਹੋਈ ਹੈ ਅਤੇ ਕੱਲ੍ਹ ਨੂੰ ਆਪਣੀ ਡਿਊਟੀ 'ਤੇ ਇਹ ਜਾਣਗੇ ਜੀ। ਤਾਂ ਅਸੀਂ ਕਹਿ ਸਕਦੇ ਹਾਂ ਕਿਉਂਕਿ ਹਰ ਇੱਕ ਇਨਸਾਨ ਨੂੰ ਜੇਕਰ ਅੱਗੇ ਵਧਾਉਣਾ ਹੋਵੇ ਉਸਦਾ ਹੱਥ ਫੜਨਾ ਹੁੰਦਾ, ਤਾਂ ਅਸੀਂ ਕਹਿ ਸਕਦੇ ਜਿਸ ਤਰੀਕੇ ਜਮੀਨ ਬਾਈ ਨੇ ਦੱਸਿਆ ਵੀ ਇੱਕ ਕਿੱਲਾ, ਤਾਂ ਹੁਣ ਨੌਕਰੀ ਦਿੱਤੀ ਹੈ ਤਾਂ ਲੱਗਦਾ ਆਉਣ ਵਾਲੇ ਟਾਈਮ 'ਚ ਮਿਹਨਤ ਕਰਕੇ ਇੱਕ ਚੰਗਾ ਮੁਕਾਮ ਵੀ ਹਾਸਲ। ਬਿਲਕੁਲ ਵੀਰੇ, ਦੇਖੋ ਮੇਰੀ ਗੱਲ ਸੁਣੋ, ਕੀ ਹੁੰਦਾ ਵੀ ਪੈਸੇ ਦੇ ਨਾਲ ਆਰਥਿਕ ਹਾਲਾਤ ਸਾਡੇ ਸੁਧਰਦੇ ਆ, ਹੈ ਨਾ, ਹੋਰ ਕੁਛ ਵੀ ਹੈ, ਚਾਹੇ ਜੇ ਮੰਨ ਲਓ ਸਾਡੇ ਕੋਲ ਜ਼ਮੀਨ ਵੱਧ ਹੁੰਦੀ ਉਹਦੇ ਨਾਲ ਵੀ ਸਾਨੂੰ ਪੈਸਾ ਆਉਂਦਾ, ਪੈਸੇ ਨਾਲ ਹੀ ਆਰਥਿਕ ਹਾਲਾਤ ਸੁਧਰਦੇ ਆ। ਸਰਕਾਰੀ ਨੌਕਰੀ ਹੈ ਨਾ ਇੱਕ ਸਾਡੇ ਭਾਰਤ ਦਾ ਬਹੁਤ ਵੱਡਾ ਚੈਲੇਂਜ ਹੈਗਾ, ਸਰਕਾਰੀ ਨੌਕਰੀ ਲੈਣਾ, ਠੀਕ ਹੈ, ਅਤੇ ਉਹ ਵੀ ਪੈਸੇ ਤੋਂ ਬਿਨਾਂ ਲੈਣੀ, ਠੀਕ ਹੈ, ਕਿਉਂਕਿ ਪੈਸੇ ਨਾਲ ਉਹੀ ਗੱਲ ਜਿਵੇਂ ਪਹਿਲਾਂ ਪਿੱਛੇ ਮਾਮਾ ਜੀ ਨੇ ਕਹੀ ਸੀ ਵੀ ਪੈਸੇ ਨਾਲ ਵੱਡੇ ਵੱਡੇ ਘਰ ਲੈ ਕੇ ਚਲੇ ਜਾਂਦੇ ਆ, ਗਰੀਬ ਕਿਤੇ ਨਾ ਕਿਤੇ ਰਹਿ ਜਾਂਦੇ ਆ, ਪਰ ਉਹ ਚੀਜ਼ ਹੁਣ ਸਾਨੂੰ ਘੱਟ ਦੇਖਣ ਨੂੰ ਮਿਲਦੀ ਹੈ, ਠੀਕ ਹੈ ਨਾ। ਸਾਡੇ ਤੋਂ ਕਿਸੇ ਨੇ ਚਾਹ ਦਾ ਕੱਪ ਵੀ ਨਹੀਂ ਪੀਤਾ ਵੀਰੇ ਉੱਥੇ, ਪੈਸਾ ਤਾਂ ਦੂਰ ਦੀ ਗੱਲ ਹੈ ਮੰਗਣਾ, ਠੀਕ ਹੈ, ਵੀ ਇਹ ਸਰਕਾਰ ਦੇ ਨਾਲ ਸਾਨੂੰ ਇੰਨਾ ਫਰਕ ਮਿਲਿਆ ਵੀ ਸਾਡੇ ਤੋਂ ਇੱਕ ਕਿਸੇ ਨੇ ਚਾਹ ਦਾ ਕੱਪ ਵੀ ਨਹੀਂ ਪੀਤਾ, ਆਪ ਸਾਰਾ ਕੁਛ ਉਹਨਾਂ ਨੇ ਆਪਣੇ ਹੱਥੀਂ ਸਾਡਾ ਫੁੱਲ ਐਂਡ ਫਾਈਨਲ ਕਰਕੇ ਸਾਨੂੰ ਅਜੇ ਨੌਕਰੀ ਦੇ ਕਾਬਲ ਕੀਤਾ। ਪੂਰੀ ਖੁਸ਼ੀ ਹੈ ਬਾਈ, ਬਹੁਤ ਖੁਸ਼ੀ ਹੈ, ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸਰਕਾਰ ਦਾ। ਤਾਂ ਸਰਕਾਰ ਦੀ ਸ਼ਲਾਘਾ ਵੀ ਹੁੰਦੀ ਹੈ ਤਾਂ ਦੱਸਦੀ ਹੈ, ਕਿਉਂਕਿ ਲਗਾਤਾਰ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਨਾਲ ਜੋੜਿਆ ਜਾ ਰਿਹਾ, ਤਾਂ ਜਿਸ ਦੇ ਚੱਲਿਆਂ ਇੱਕ ਆਮ ਕਿਸਾਨ ਨੂੰ ਜਿਹੜੀ ਰੁਜ਼ਗਾਰ ਦਿੱਤਾ, ਤਾਂ ਇੱਕ ਕਿੱਲੇ ਜ਼ਮੀਨ ਹੈ, ਪਰਿਵਾਰ ਦੇ ਹਾਲਾਤ ਤਾਂ ਬਾਈ ਨੇ ਦੱਸੇ ਨੇ, ਤਾਂ ਅਸੀਂ ਕਹਿ ਸਕਦੇ ਹਾਂ ਕਿ ਸਰਕਾਰ ਦੇ ਵੱਲੋਂ ਹਰ ਇੱਕ ਇਨਸਾਨ ਨੂੰ ਮੌਕਾ ਦਿੱਤਾ ਜਾਂਦਾ ਤਾਂ ਕਿ ਅਗਲਾ ਆਪਣੀ ਮਿਹਨਤ ਦੇ ਨਾਲ ਇੱਕ ਚੰਗਾ ਮੁਕਾਮ ਹੈ ਜਿਹੜਾ ਹਾਸਲ ਕਰ ਸਕੇ। ਸਕਰੋਲ ਪੰਜਾਬ ਦੇ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ, ਧੰਨਵਾਦ।